ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਪੰਜਾਬ ਅਤੇ ਹੋਰ ਦੁਨੀਆ ਦੇ ਵੱਖ ਵੱਖ ਕੋਨਿਆਂ 'ਚ ਸਟੇਜਾਂ ਲਗਾ ਕੇ ਸਿੱਖ ਧਰਮ ਦਾ ਪ੍ਰਚਾਰ ਛੱਡਣ ਦਾ ਐਲਾਨ ਕਰਨ ਦੇ ਕਾਰਨਾਂ ਦਾ ਖੁਲਾਸਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਚੈਲੰਜ ਕੀਤਾ ਕਿ ਉਹ ਚੈਨਲ 'ਤੇ ਆ ਕੇ ਉਹਨਾਂ ਨਾਲ ਸੰਵਾਦ ਕਰਨ, ਕਿਉਂਕਿ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਜਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਖੂਨ ਖਰਾਬਾ ਅਤੇ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਪਰ ਧਾਰਮਿਕ ਦੀਵਾਨਾਂ ਦੌਰਾਨ ਕਿਤੇ ਟਕਰਾਅ ਨਾ ਹੋ ਜਾਵੇ ਅਤੇ ਕੀਮਤੀ ਜਾਨਾਂ ਨਾ ਜਾਣ, ਇਸ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਧਾਰਮਿਕ ਦੀਵਾਨ ਨਾ ਲਾਉਣ ਦਾ ਫੈਸਲਾ ਕੀਤਾ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਪਰੋਕਤ ਫੈਸਲਿਆਂ ਦੀ ਪ੍ਰੋੜਤਾ ਦੇ ਲਈ ਗੁਰਦੁਆਰਾ ਸਿੰਘ ਸਭਾ ਵਿਖੇ ਕਮੇਟੀ ਮੈਂਬਰਾਂ ਦੇ ਨਾਲ ਨਾਲ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਮੂਹ ਮੈਂਬਰਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਪੁਰਜ਼ੋਰ ਹਮਾਇਤ ਕਰਨ ਦਾ ਫੈਸਲਾ ਲਿਆ। ਇਹਨਾਂ ਦੋਵਾਂ ਸੰਸਥਾਵਾਂ ਦੇ ਮੈਂਬਰਾਂ ਨੇ ਕਿਹਾ ਕਿ ਸਿੱਖ ਧਰਮ ਦੇ ਅੰਦਰ ਕਰਾਮਾਤਾਂ ਅਤੇ ਡੇਰਾਵਾਦ ਲਈ ਕੋਈ ਜਗ੍ਹਾ ਨਹੀਂ। ਅਗਰ ਕੋਈ ਇਨਸਾਨ ਗੁਰਬਾਣੀ ਦੀ ਰੋਸ਼ਨੀ ਵਿੱਚ ਤਰਕ ਦੇ ਨਾਲ ਪੁਜਾਰੀਵਾਦਤਾ ਦਾ ਵਿਰੋਧ ਕਰਦਾ ਹੈ ਤਾਂ ਅਸੀਂ ਉਸ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਇਸ ਮੌਕੇ ਪੰਜਾਬੀ ਕਲਚਰਲ ਐਸੋਸੀਏਸ਼ਨ ਮੈਂਬਰ ਗੁਰਨੇਕ ਸਿੰਘ ਬਾਗੜੀ, ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਾਨ, PCA ਮੈਂਬਰ ਸੁਖਬੀਰ ਸਿੰਘ ਪੰਡਾਲ ਅਤੇ ਗੁਰੂ ਘਰ ਦੇ ਪ੍ਰਚਾਰਕ ਕਥਾਵਾਚਕ ਸਰਦਾਰ ਮਲਕੀਤ ਸਿੰਘ ਕਰਨਾਲ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਡਟ ਕੇ ਸਾਥ ਦੇਣ ਦੀ ਗੱਲ ਕਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫਰਿਜ਼ਨੋ ਵਿਖੇ ਫਰਿਜ਼ਨੋ ਇਲਾਕੇ ਦੇ ਸਿਆਣੇ ਸੂਝਵਾਨ ਵਿਅਕਤੀਆਂ ਦੀ, ਵੱਖ ਵੱਖ ਸੰਸਥਾਵਾਂ ਨਾਲ ਜੁੜੇ ਹੋਏ ਸਿਆਣੇ ਲੋਕਾਂ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਵਿਚਾਰਿਆ ਗਿਆ ਹੈ ਕਿ ਸਿੱਖ ਧਰਮ ਆਧੁਨਿਕ ਸਮੇਂ ਦਾ ਧਰਮ ਹੈ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੇ ਕਰਮਕਾਂਡ ਅਤੇ ਪਖੰਡਾਂ ਦਾ ਵਿਰੋਧ ਕੀਤਾ ਔਰ ਇੱਕ ਆਮ ਵਿਅਕਤੀ ਨੂੰ ਸੁਚੱਜਾ ਜੀਵਨ ਜਿਉਣ ਦੀ ਜਿਹੜੀ ਸੇਧ ਗੁਰਬਾਣੀ ਦੇ ਰਾਹੀਂ ਪ੍ਰਦਾਨ ਕੀਤੀ ਸੀ, ਪਰ ਸਮਾਂ ਐਸਾ ਕਰਵਟ ਲੈਂਦਾ ਹੈ ਕਿ ਕੁਝ ਲੋਕਾਂ ਨੇ ਪੁਜਾਰੀਵਾਦ ਨੂੰ ਦੁਬਾਰਾ ਸ਼ਹਿ ਦਿੱਤੀ ਅਤੇ ਉਹੀ ਕਦਰਾਂ ਕੀਮਤਾਂ ਨੂੰ ਆਪਣੇ ਪੈਰਾਂ ਦੇ ਹੇਠ ਲਤਾੜਦਿਆਂ ਹੋਇਆਂ ਸਿੱਖ ਧਰਮ ਦਾ ਰੂਪ ਮਹਾਂਦਰਾ ਹੀ ਬਦਲ ਕੇ ਰੱਖ ਦਿੱਤਾ। ਕੁਝ ਸਿੱਖ ਧਰਮ ਦੇ ਸਿਆਣੇ ਪ੍ਰਚਾਰਕ ਵੀਰਾਂ ਨੇ ਇਹ ਯਤਨ ਕੀਤਾ ਹੈ ਕਿ ਦੁਬਾਰਾ ਉਹੀ ਨਿਆਰਾ ਖਾਲਸਾ ਪ੍ਰਗਟ ਕੀਤਾ ਜਾਏ, ਜਿਹਦੇ ਵਿੱਚੋਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮੁੱਖ ਤੌਰ 'ਤੇ ਅੱਜ ਸਿੱਖ ਸਮਾਜ ਦੇ ਵਿੱਚ ਵਿਚਰ ਰਹੇ ਹਨ, ਜਿਨ੍ਹਾਂ ਨੂੰ ਕਿ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਹਨਾਂ ਦੀ ਹਰ ਇੱਕ ਕਹੀ ਗਈ ਗੱਲ ਦੇ ਨਾਲ ਪੁਜਾਰੀਵਾਦ ਦਾ ਤਲਿਸਮ ਜਿਹੜਾ ਹੈ ਉਹ ਟੁੱਟ ਰਿਹਾ ਹੈ, ਜਿਹਦੇ ਕਰਕੇ ਜਿਵੇਂ ਅਸੀਂ ਪੁਰਾਣੇ ਇਤਿਹਾਸ ਦੇ ਵਿੱਚੋਂ ਵੀ ਵੇਖਿਆ ਹੈ ਕਿ ਸੁਧਾਰਵਾਦੀ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਅਤੇ ਕ੍ਰਾਂਤੀਕਾਰੀ ਲੋਕਾਂ ਨੂੰ ਕਈ ਵਾਰ ਵਿਰੋਧੀਆਂ ਨੇ ਜਾਨੀ ਤੌਰ 'ਤੇ ਖਤਮ ਵੀ ਕਰ ਦਿੱਤਾ। ਤੋ ਸਾਨੂੰ ਉਸੇ ਸੰਦਰਭ ਦੇ ਵਿੱਚ ਅੱਜ ਸੋਚਣਾ ਪੈ ਰਿਹਾ ਹੈ ਕਿ ਭਾਈ ਸਾਹਿਬ ਜੀ ਨੂੰ ਬਹੁਤ ਵੱਡੇ ਪੱਧਰ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੇਕਿਨ ਸਮਾਂ ਬਦਲ ਚੁੱਕਿਆ ਹੈ। ਵਿਰੋਧੀਆਂ ਨੂੰ ਸਮੇਂ ਦੀ ਚਾਲ ਤੁਰਨ ਦੀ ਲੋੜ ਹੈ ਕਿ ਅੱਜ ਜੇ ਵਿਰੋਧ ਵੀ ਕਰਨਾ ਹੈ ਤਾਂ ਵਿਰੋਧ ਕਿਸ ਢੰਗ ਦੇ ਨਾਲ ਕਰਨਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਮਨੁੱਖ ਨੂੰ ਬੋਲਣ ਦੀ ਆਜ਼ਾਦੀ ਹੈ, ਆਪਣੇ ਵਿਚਾਰ ਕਹਿਣ ਦੀ ਆਜ਼ਾਦੀ ਹੈ, ਅਤੇ ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਵੀ ਇਹਨਾਂ ਹੀ ਵਿਚਾਰਾਂ ਨੂੰ ਸਨਮੁੱਖ ਰੱਖਦਿਆਂ ਹੋਇਆਂ ਕੁਰਬਾਨੀਆਂ ਦਿੱਤੀਆਂ। ਜੇ ਦੂਜੇ ਧਰਮਾਂ ਵਾਸਤੇ ਗੁਰੂ ਸਾਹਿਬ ਜੀ ਨੇ ਆਵਾਜ਼ ਬੁਲੰਦ ਕੀਤੀ, ਉਹਨਾਂ ਦੀ ਸੋਚ ਨਾਲ ਗੁਰੂ ਸਾਹਿਬ ਜੀ ਦਾ ਕੋਈ ਸਰੋਕਾਰ ਨਹੀਂ ਸੀ, ਕੇਵਲ ਉਹਨਾਂ ਦੇ ਉਹਨਾਂ ਸਿਧਾਂਤਾਂ ਨੂੰ ਜੀਵਨ ਦੇ ਵਿੱਚ ਅਪਣਾ ਕੇ ਜ਼ਿੰਦਗੀ ਜਿਉਣ ਦਾ ਜਿਹੜਾ ਉਹਨਾਂ ਦਾ ਹੱਕ ਸੀ, ਉਸ ਹੱਕ ਦੇ ਪ੍ਰਤੀ ਉਹਨਾਂ ਨੇ ਗੱਲ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੇ ਵਾਸਤੇ ਵੀ ਕਈ ਪ੍ਰਕਾਰ ਦੇ ਦੁੱਖ ਜਿਹੜੇ ਸਨ ਸਹਿਣੇ ਪਏ ਸਨ। ਉਹਨਾਂ ਵੀਰਾਂ ਨੂੰ, ਵਿਰੋਧੀ ਵੀਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੀ ਗੱਲ ਗੁਰੂ ਸਾਹਿਬ ਕਰਕੇ ਗਏ ਨੇ, ਆਧੁਨਿਕ ਸਮੇਂ ਦੇ ਵਿੱਚ ਜੇ ਅਸੀਂ ਵਿਰੋਧ ਵੀ ਕਰਨਾ ਹੈ ਤਾਂ ਅਸੀਂ ਢੰਗ ਦੇ ਨਾਲ ਵਿਰੋਧ ਕਰੀਏ, ਨਾ ਕਰਕੇ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੀ ਸੋਚ ਦਾ ਹੀ ਵਿਰੋਧ ਕਰਦੇ ਫਿਰੀਏ। ਤੋ ਭਾਈ ਸਾਹਿਬ ਜੀ ਨੂੰ ਜਾਂ ਹੋਰ ਵਿਚਾਰਕਾਂ ਨੂੰ ਜਿਵੇਂ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਸਮਝ ਆ ਰਹੀ ਹੈ, ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਅਤੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਗਲਤ ਕਹਿ ਰਹੇ ਨੇ ਤਾਂ ਉਹਨਾਂ ਨੂੰ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਵਿਰੋਧ ਕਰਨਾ ਚਾਹੀਦਾ ਹੈ, ਨਾ ਕਰਕੇ ਮੱਧ ਯੁੱਗ ਦੇ ਵਿੱਚ ਜਿਵੇਂ ਕਿ ਮਾਰ ਧਾੜ ਕਰਨ ਦਾ ਯਤਨ ਕੀਤਾ ਜਾਂਦਾ ਸੀ ਕਿ ਇਹਦੇ ਵਿਚਾਰ ਮੇਰੇ ਨਾਲ ਨਹੀਂ ਮਿਲਦੇ, ਇਸ ਵਾਸਤੇ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ, ਇਹ ਗੱਲ ਬਿਲਕੁਲ ਗਲਤ ਹੈ ਔਰ ਅਸੀਂ ਸਾਰੇ ਵੀਰ
ਉਹਨਾਂ ਦੀ ਸੋਚ ਦਾ ਬਿਲਕੁਲ ਵਿਰੋਧ ਕਰਦੇ ਹਾਂ ਔਰ ਤੈਅ ਦਿਲ ਦੇ ਨਾਲ ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਨਾਲ ਖੜ੍ਹੇ ਹਾਂ ਔਰ ਅਸੀਂ ਇੱਕ ਮੱਤ ਸਾਰੇ ਜਾਣੇ ਇਹ ਸੋਚਦੇ ਹਾਂ ਕਿ ਸਮੇਂ ਦੇ ਸੰਦਰਭ ਦੇ ਵਿੱਚ ਰਹਿ ਕੇ ਸਾਨੂੰ ਆਧੁਨਿਕ ਢੰਗ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਜਿਹਨੂੰ ਆਧੁਨਿਕ ਯੁੱਗ ਦੀ ਕੌਮ ਜਾਂ ਆਧੁਨਿਕ ਯੁੱਗ ਦਾ ਧਰਮ ਮੰਨਿਆ ਜਾਂਦਾ ਹੈ ਅਸੀਂ ਕਿਤੇ ਮੱਧ ਯੁੱਗ ਦੇ ਅਖਵਾਉਣ ਨਾ ਲੱਗ ਪਈਏ ਤੋ ਵਿਰੋਧੀਆਂ ਨੂੰ ਸਮਝਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਸਿੱਖ ਧਰਮ ਤੋਂ ਕੋਹਾਂ ਦੂਰ ਚਲੀ ਜਾਏਗੀ ਆਸ ਹੈ ਕਿ ਤੁਸੀਂ ਸਾਰੇ ਜਾਣੇ ਯਤਨ ਕਰੋਗੇ ਇਸ ਸੱਚ ਨੂੰ ਸਮਝਣ ਦੀ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਚੜ੍ਹਦੀ ਕਲਾ ਦੇ ਨਾਲ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦੇਣ ਅੱਜ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਮੈਂਬਰਸ ਐਂਡ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਵੀਰਾਂ ਦੇ ਨਾਲ ਕੁਛ ਵਿਚਾਰਾਂ ਹੋਈਆਂ ਅਸੀਂ ਲਾਸਟ ਵੀਕ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਆ ਉਹਦੇ ਬਾਬਤ ਖਬਰ ਦਿੱਤੀ ਸੀ ਅਤੇ ਅੱਜ ਅਸੀਂ ਕੁਛ ਟੀ ਵੀ ਬਾਈਟਸ ਦੇ ਲਈ ਇਕੱਠੇ ਹੋਏ ਹਾਂ ਇਹ ਵਿਚਾਰ ਚਰਚਾ ਹੋਈ ਆ ਵੀ ਜੋ ਵੀ ਪੰਜਾਬ ਦੇ ਵਿੱਚ ਵਾਪਰ ਰਿਹਾ ਆ ਸਭ ਤੋਂ ਪਹਿਲੀ ਗੱਲ ਇਹ ਆ ਵੀ ਜੋ ਆਪਣੇ ਅਮਰੀਕ ਸਿੰਘ ਅਜਨਾਲਾ ਹੋਣੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਦੀਵਾਨਾਂ ਦਾ ਵਿਰੋਧ ਕਰ ਰਹੇ ਆ ਉਸ ਦੀ ਅਸੀਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਅਤੇ ਇਸ ਚੀਜ਼ ਦਾ ਦੁੱਖ ਆ ਜਿਹੜਾ ਭਾਈ ਸਾਹਿਬ ਨੂੰ ਪ੍ਰੋਗਰਾਮ ਬੰਦ ਕਰਨੇ ਪਏ ਆ ਅਤੇ ਅਸੀਂ ਚਾਹੁੰਦੇ ਹਾਂ ਵੀ ਜੇ ਉਹਨਾਂ ਦੀ ਗੱਲ ਥੋੜ੍ਹੀ ਬਹੁਤੀ ਸੈਟਲ ਹੁੰਦੀ ਹੈ ਤਾਂ ਉਹਨਾਂ ਦੇ ਪ੍ਰੋਗਰਾਮ ਦੁਬਾਰਾ ਸ਼ੁਰੂ ਕੀਤੇ ਜਾਣ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਦੇ ਜਾਂ ਸਰਬਜੀਤ ਸਿੰਘ ਧੁੰਦਾ ਅਤੇ ਜਾਂ ਭਾਈ ਪੰਥਪ੍ਰੀਤ ਸਿੰਘ ਹੋਣਾ ਦੇ ਵੀ ਵਿਰੋਧ ਹੋਏ ਸੀਗੇ ਅਸੀਂ ਕਿਸੇ ਇੱਕ ਇੰਡੀਵਿਜੁਅਲ ਦੇ ਨਾਲ ਨਹੀਂ ਖੜ੍ਹੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਖੜ੍ਹੇ ਹਾਂ ਜਿਨ੍ਹਾਂ ਸਮਿਆਂ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਦਾ ਕੋਈ ਸਾਥ ਨਹੀਂ ਦੇ ਰਿਹਾ ਸੀਗਾ ਅਸੀਂ ਉਸ ਸਮੇਂ ਦੇ ਵਿੱਚ ਉਹਨਾਂ ਦਾ ਵੀ ਸਾਥ ਦਿੱਤਾ ਸੀਗਾ ਜਦੋਂ ਭਾਈ ਸਰਬਜੀਤ ਸਿੰਘ ਧੁੰਦਾ ਹੋਣਾ ਦੇ ਪ੍ਰੋਗਰਾਮਾਂ ਦਾ ਵਿਰੋਧ ਹੋ ਰਿਹਾ ਸੀਗਾ ਉਹਨਾਂ ਦਾ ਵੀ ਸਾਥ ਦਿੱਤਾ ਸੀ ਉਸੇ ਕੜੀ ਤਹਿਤ ਅੱਜ ਵੀ ਅਸੀਂ ਇਹਨਾਂ ਦੇ ਨਾਲ ਵੀ ਖੜ੍ਹੇ ਹਾਂ ਬਸ਼ਰਤ ਜਿੰਨਾ ਚਿਰ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਦੂਸਰਾ ਸਾਡਾ ਇਹ ਇੱਕ ਜ਼ਰੂਰ ਬੇਨਤੀ ਕਰਾਂਗੇ ਵੀ ਜਿਹੜੇ ਹੋਰ ਬੁੱਧੀਜੀਵੀ ਜਾਂ ਹੋਰ ਸੰਸਥਾਵਾਂ ਇਸ ਵੇਲੇ ਚੁੱਪ ਬੈਠੀਆਂ ਆ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਸੁਨੇਮਰ ਬੇਨਤੀ ਕਰਦੇ ਹਾਂ ਵੀ ਆਓ ਇਸ ਆਵਾਜ਼ ਦਾ ਆਪਾਂ ਸਾਥ ਦੇਈਏ ਕੁਛ ਸਮਾਂ ਪਹਿਲਾਂ ਇਹ ਵੀ ਪਤਾ ਲੱਗਾ ਸੀਗਾ ਵੀ ਉਹਨਾਂ ਵੀਰਾਂ ਨੇ ਇਕੱਤਰਤਾ ਦੇ ਕੁਛ ਯਤਨ ਕੀਤੇ ਸੀਗੇ ਪਰ ਉਸ ਸਮੇਂ ਇਹ ਪਤਾ ਲੱਗਾ ਸੀ ਵੀ ਉਦੋਂ ਭਾਈ ਰਣਜੀਤ ਸਿੰਘ ਹੋਣਾ ਵੱਲੋਂ ਉਹਨਾਂ ਦਾ ਕੋਈ ਵਧੀਆ ਸਾਥ ਨਹੀਂ ਸੀ ਦਿੱਤਾ ਗਿਆ ਹੁਣ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਇਹਨਾਂ ਛੋਟੀਆਂ ਮੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਇੱਕ ਬੜੀ ਹੈਰਾਨਗੀ ਦੀ ਗੱਲ ਆ ਵੀ ਜਿੰਨੇ ਡੇਰਾਵਾਦ ਜਾਂ ਬਾਬਾਵਾਦ ਵਾਲੇ ਹੈਗੇ ਆ ਉਹਨਾਂ ਸਾਰਿਆਂ ਦੀਆਂ ਵੱਖ ਵੱਖ ਮਰਿਆਦਾਵਾਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਲੜਨ ਦੇ ਲਈ ਉਹ ਹਮੇਸ਼ਾ ਇਕੱਠੇ ਹੋ ਜਾਂਦੇ ਆ ਵੱਖ ਵੱਖ ਮਰਿਆਦਾ ਵਾਲੇ ਇਕੱਠੇ ਹੋ ਜਾਂਦੇ ਆ ਪਰ ਜਿਹੜੇ ਪ੍ਰਚਾਰਕ ਜਿਹੜੀਆਂ ਸੰਸਥਾਵਾਂ ਇੱਕ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਆ ਉਹ ਕਦੀ ਇਕੱਠੇ ਨਹੀਂ ਹੁੰਦੇ ਸੋ ਇਹਨਾਂ ਜਾਗਰੂਕ ਵੀਰਾਂ 'ਤੇ ਸਾਨੂੰ ਇੱਕ ਗਿਲਾ ਵੀ ਆ ਵੀ ਤੁਸੀਂ ਸਾਨੂੰ ਇਹ ਪਾਠ ਤਾਂ ਜ਼ਰੂਰ ਪੜ੍ਹਾਉਂਦੇ ਆ ਵੀ ਨਿਮਰਤਾ ਚਾਹੀਦੀ ਹੈ ਅਤੇ ਇਕੱਠੇ ਹੋਣਾ ਚਾਹੀਦਾ ਹੈ ਪਰ ਇਸ ਚੀਜ਼ਾਂ ਦੇ ਹੱਲ ਵੀ ਲੱਭੋ ਕਿ ਤੁਸੀਂ ਇੱਕ ਮਰਿਆਦਾ ਦੇ ਲਈ ਜਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਇਕੱਠੇ ਕਿਉਂ ਨਹੀਂ ਹੋ ਰਹੇ ਸੋ ਜੋ ਉੱਥੇ ਵਾਪਰ ਰਿਹਾ ਆ ਉਹਦੇ ਲਈ ਅਸੀਂ ਉਹਨਾਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਅਤੇ ਭਾਈ ਸਾਹਿਬ ਨੂੰ ਜਦੋਂ ਵੀ ਕਿਤੇ ਫਰੈਸਨੋ ਦੀ ਧਰਤੀ 'ਤੇ ਆਉਂਦੇ ਆ ਉਹਨਾਂ ਨੂੰ ਜੀਆਂ ਆ ਕਹਿੰਦੇ ਆ ਅਤੇ ਉਹਨਾਂ ਦਾ ਸਾਥ ਦੇਣ ਦਾ ਅੱਜ ਅਸੀਂ ਇੱਥੇ ਫੈਸਲਾ ਲਿਆ ਹੈ ਜੀ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਕੌਮ ਵੱਸਦੀ ਹੈ ਵੱਖ ਵੱਖ ਮਸਲਿਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਜਿਹੜੇ ਥੋੜ੍ਹੇ ਚੇਤਨਾ ਦੇ ਤਹਿਤ ਆਪਣਾ ਜੀਵਨ ਬਤੀਤ ਕਰਦੇ ਆ ਉਹ ਇਹਨਾਂ ਘਟਨਾਵਾਂ ਬਾਰੇ ਆਪਣਾ ਪ੍ਰਤੀਕਰਮ ਦਿੰਦੇ ਆ ਨਹੀਂ ਤਾਂ ਲੁਕਾਈ ਯੁੱਗਾਂ ਯੁੱਗਾਂ ਤੋਂ ਇਸੇ ਤਰ੍ਹਾਂ ਜਿਉਂਦੀ ਆਈ ਹੈ ਸੋ ਇਸੇ ਚੇਤਨਾ ਦਾ ਹਿੱਸਾ ਮੰਨਦੇ ਹੋਏ ਆਪਣੇ ਆਪ ਨੂੰ ਇਸ ਚੇਤਨਾ ਦਾ ਹਿੱਸਾ ਮੰਨਦੇ ਹੋਏ ਅਸੀਂ ਵੀ ਜੋ ਆਲੇ ਦੁਆਲੇ ਸਾਡੇ ਘਟਦਾ ਉਸ ਬਾਰੇ ਆਪਣਾ ਪ੍ਰਤੀਕਰਮ ਦੇਣਾ ਜ਼ਰੂਰੀ ਸਮਝਦੇ ਹਾਂ ਖਾਸ ਤੌਰ 'ਤੇ ਜਦੋਂ ਤੁਸੀਂ ਕਿਸੇ ਜ਼ਿੰਮੇਵਾਰ ਸੰਸਥਾ ਦੇ ਵਿੱਚ ਵਿਚਰਦੇ ਹੋ ਸੋ ਉਸੇ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਗੁਰਦੁਆਰਾ ਸਿੰਘ ਸਭਾ ਸਿੱਖ ਇੰਸਟੀਚਿਊਟ ਫਰੈਸਨੋ ਕੈਲੀਫੋਰਨੀਆ ਵਿਖੇ ਇਕੱਤਰਤਾ ਹੋਈ ਸੀ ਵੀਰਾਂ ਦੀ ਲਾਈਕ ਮਾਈਂਡਡ ਵੀਰਾਂ ਦੀ ਕਿਉਂਕਿ ਵਿਚਾਰਧਾਰਾ ਦਾ ਮਿਲਣਾ ਬਹੁਤ ਜ਼ਰੂਰੀ ਹੈ ਅਤੇ ਉਸ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਬਾਰੇ ਗੱਲ ਹੋਈ ਉਹਨਾਂ ਵੱਲੋਂ ਥੋੜ੍ਹੀ ਦੇਰ ਲਈ ਪਿੱਛੇ ਹਟਣ ਦੀ ਜੋ ਗੱਲ ਆਈ ਹੈ ਸਾਹਮਣੇ ਉਸ ਬਾਰੇ ਗੱਲਬਾਤ ਹੋਈ ਸੋ ਇਹੀ ਮੁੱਖ ਤੌਰ 'ਤੇ ਭਾਵਨਾ ਬਾਹਰ ਆਈ ਹੈ ਕਿ ਸਿੱਖ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਆ ਗੁਰੂ ਦੀ ਵਿਚਾਰ ਦੇ ਨਾਲ ਆ ਕਿਸੇ ਇੱਕ ਪ੍ਰਚਾਰਕ ਦੇ ਨਾਲ ਨਹੀਂ ਸਗੋਂ ਉਹਨਾਂ ਸਾਰੇ ਪ੍ਰਚਾਰਕਾਂ ਨਾਲ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨੀ ਉਹਨਾਂ ਦਾ ਫਰਜ਼ ਬਣਦਾ ਅਤੇ ਸਾਡਾ ਲੁਕਾਈ ਦਾ ਵੀ ਫਰਜ਼ ਬਣਦਾ ਕਿ ਅਸੀਂ ਚੇਤਨਾ ਦੇ ਨਾਲ ਕੀ ਗਲਤ ਆ ਕੀ ਸਹੀ ਆ ਇਸ ਦੀ ਪਰਖ ਕਰਦੇ ਹੋਏ ਅਸੀਂ ਗੁਰਬਾਣੀ ਤੋਂ ਆਪਣੇ ਜੀਵਨ ਦੇ ਲਈ ਸੇਧ ਲਈਏ
ਸੋ ਅੱਗੇ ਵੀ ਜਿਸ ਤਰ੍ਹਾਂ ਵੀਰ ਗੁਰਨੇਕ ਸਿੰਘ ਹੋਰਾਂ ਨੇ ਗੱਲ ਕੀਤੀ ਹੈ 2008-2009 ਦਾ ਉਹ ਸਮਾਂ ਸੀ ਜਦੋਂ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਹੋਰਾਂ ਨੂੰ ਅਕਾਲ ਤਖ਼ਤ ਦੇ ਅਖੌਤੀ ਪੁਜਾਰੀਆਂ ਨੇ ਪਦ ਦੇ ਵਿੱਚੋਂ ਬਾਹਰ ਕਰਨ ਦਾ ਫੈਸਲਾ ਲਿਆ ਸੀ ਤਾਂ ਉਦੋਂ ਵੀ ਇਹੀ ਭਾਵਨਾ ਦੇ ਤਹਿਤ ਅਸੀਂ ਇਹ ਦ੍ਰਿੜ ਇਰਾਦਾ ਲਿਆ ਸੀ ਜਿੰਨੇ ਵੀਰ ਇੱਥੇ ਖੜ੍ਹੇ ਆ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਕਿ ਆਪਾਂ ਕੈਲੀਫੋਰਨੀਆ ਫ੍ਰੈਜ਼ਨੋ ਦੇ ਵਿੱਚ ਉਹਨਾਂ ਦੇ ਦੀਵਾਨ ਜ਼ਰੂਰ ਕਰਵਾਈਏ ਅਤੇ ਉਹ ਦੀਵਾਨ ਹੋਏ ਵੀ ਸਨ ਭਾਵੇਂ ਉਹ ਬੇਕਰਸਫੀਲਡ ਵਿੱਚ ਹੋਏ ਭਾਵੇਂ ਫ੍ਰੈਜ਼ਨੋ ਵਿੱਚ ਭਾਵੇਂ ਐਲਏ ਦੇ ਵਿੱਚ ਸਾਨੂੰ ਪਤਾ ਕਿ ਸਾਨੂੰ ਕਾਫੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹ ਵੀ ਇਸੇ ਭਾਵਨਾ ਦੇ ਤਹਿਤ ਸੀ ਕਿ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ ਇਹੀ ਸਮਝ ਆ ਜਿਹੜੀ ਗੁਰਬਾਣੀ ਦੀ ਸਾਨੂੰ ਨਾਲ ਲੈ ਕੇ ਚੱਲਣਾ ਪੈਣਾ ਜੇਕਰ ਅਸੀਂ ਇਹਨਾਂ ਵੈਸਟਰਨ ਵਰਲਡ ਦੇ ਵਿੱਚ ਵਿਚਰਦੇ ਹਾਂ ਕਿਉਂਕਿ ਆਪਣੀ ਗੱਲ ਕਹਿਣ ਦੀ ਜਿਹੜੀ ਖੁੱਲ੍ਹ ਆ ਉਹ ਸਾਨੂੰ ਗੁਰਬਾਣੀ ਵੀ ਦਿੰਦੀ ਹੈ ਅਤੇ ਇੱਥੋਂ ਦਾ ਕਾਂਸਟੀਟਿਊਸ਼ਨ ਇੱਥੋਂ ਦਾ ਸੰਵਿਧਾਨ ਵੀ ਸਾਨੂੰ ਦਿੰਦਾ ਸੋ ਗੁਰਦੁਆਰਾ ਸਿੰਘ ਸਭਾ ਫ੍ਰੈਜ਼ਨੋ ਇਹ ਸਿੱਖ ਇੰਸਟੀਚਿਊਟ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਅਤੇ ਜਾਂ ਹੋਰ ਵੀ ਜਿੰਨੇ ਸਾਡੇ ਪ੍ਰਚਾਰਕ ਆ ਜਿਹੜੇ ਖੁੱਲ੍ਹ ਕੇ ਗੁਰਬਾਣੀ ਦੀ ਗੱਲ ਕਰਦੇ ਆ ਹੁਕਮ ਦੀ ਗੱਲ ਕਰਦੇ ਆ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਸਟੇਜ ਤੋਂ ਵਾਹਿਗੁਰੂ। ਮੇਰਾ ਸੰਬੰਧ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਨਾਲ ਆ, ਪੰਜਾਬ ਕਲਚਰਲ ਐਸੋਸੀਏਸ਼ਨ ਦੇ ਨਾਲ ਆ। ਮੈਂ ਤਾਂ ਇਹ ਕਹੂੰਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜਾ ਉਹਨਾਂ ਨੇ ਸਟੈਂਡ ਲਿਆ ਹੋਇਆ ਇਸ ਵੇਲੇ ਸੱਚ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਨਾਲ, ਅਸੀਂ ਸਾਰੇ ਹੀ ਉਸ ਸੋਚ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਦੇ ਨਾਲ ਖੜ੍ਹੇ ਹਾਂ। ਮੋਢਾ ਜੋੜ ਕੇ ਮੋਢੇ ਦੇ ਨਾਲ ਇਸ ਸੱਚ ਦੇ ਨਾਲ ਚੱਲਾਂਗੇ, ਜਿਵੇਂ ਅੱਗੇ ਵੀ ਵੀਰਾਂ ਨੇ ਕਿਹਾ ਅੱਗੇ ਵੀ ਚੱਲਦੇ ਰਹੇ ਹਾਂ ਅਤੇ ਗਾਂਹ ਵੀ ਚੱਲਾਂਗੇ। ਸੋ ਮੈਂ ਇਹਦੇ ਵਿੱਚ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਵਿਰੋਧ ਕਰ ਰਹੇ ਆ ਅਜਨਾਲੇ ਹੁਣੀ ਉਹ ਬਹੁਤ ਗਲਤ ਕਰ ਰਹੇ ਆ, ਕਿਉਂਕਿ ਜਿਹੜੀਆਂ ਗੱਲਾਂ ਸੀਨੇ ਬਸੀਨੇ ਚੱਲੀਆਂ ਆ ਰਹੀਆਂ ਵਾਂ ਜਾਂ ਪਰੰਪਰਾਵਾਂ ਚੱਲੀਆਂ ਆ ਰਹੀਆਂ ਪੁਰਾਣੀਆਂ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਅਤੇ ਗਿਆਨ ਦੀ ਕਸਵੱਟੀ ਲਾਉਣੀ ਬਹੁਤ ਜ਼ਰੂਰੀ ਆ। ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਆ ਉਹ ਇਹ ਕਸਵੱਟੀ ਲਾ ਕੇ ਹੀ ਗੱਲ ਕਰ ਰਹੇ ਆ। ਦੇਖੋ ਮੈਂ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕੀਤੀ ਅਤੇ ਸਮਝਣੀ ਸ਼ੁਰੂ ਕੀਤੀ ਅਤੇ ਮੈਂ ਵੀ ਸਿੱਟਾ ਇਹੀ ਕੱਢਦਾ ਵਾਂ ਕਿ ਜਦੋਂ ਕਸਵੱਟੀ ਤੁਸੀਂ ਇਹ ਜਿਹੜੇ ਗੁਰ ਇਤਿਹਾਸ ਬਣਾਏ ਹੋਏ ਆ ਜਿਹੜੇ ਆਪ ਵੀ ਨਹੀਂ ਲਿਖੇ ਹੋਏ ਕਿਸੇ ਦੇ ਲਿਖੇ ਲਿਖਾਏ ਲਿਆਉਂਦੇ ਹੋਏ ਆ, ਜਦੋਂ ਤੁਸੀਂ ਉਹਨੂੰ ਕਸਵੱਟੀ ਲਾਉਂਦੇ ਆ ਅਤੇ ਆਮ ਬੰਦਾ ਵੀ ਇਹ ਸਮਝ ਜਾਂਦਾ ਵਾ ਕਿ ਇਹ ਚੀਜ਼ਾਂ ਜਿਹੜੀਆਂ ਸੀਨਾ ਬਸੀਨਾ ਚੱਲੀਆਂ ਆਈਆਂ ਜਾਂ ਜਿਹੜੀਆਂ ਚੀਜ਼ਾਂ ਦੀ ਉਹ ਗੱਲ ਕਰਦੇ ਆ ਉਹਦਾ ਉਹ ਕੱਟੀਆਂ ਜਾਂਦੀਆਂ ਵਾ, ਉਹਨਾਂ ਦਾ ਕੋਈ ਵੀ ਸੰਬੰਧ ਜਿਹੜਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਨਾਲ ਜਾਂ ਸੱਚ ਦੇ ਨਾਲ ਨਹੀਂ ਰਹਿ ਜਾਂਦਾ। ਸੋ ਮੈਂ ਫਿਰ ਇਹੀ ਕਹੂੰਗਾ ਕਿ ਆਪਾਂ ਸਭ ਨੂੰ ਰਲ ਕੇ ਕੋਈ ਵੀ ਪ੍ਰਚਾਰਕ ਜਿਹੜਾ ਇਹ ਸੱਚ ਦੇ ਨਾਲ ਜੁੜਿਆ ਹੋਇਆ ਜਿਹੜਾ ਸੱਚ ਸਿਰਫ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾ ਉਹਦਾ ਸਾਥ ਦਈਏ, ਆਪਾਂ ਡਟ ਕੇ ਸਾਥ ਦਈਏ। ਅਤੇ ਬਾਕੀ ਮੈਂ ਨਾਲ ਇਹ ਵੀ ਕਹੂੰਗਾ ਕਿ ਜਿਹੜੇ ਬੁੱਧੀਜੀਵੀ ਹੁੰਦੇ ਆ ਆਪਾਂ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਧਾ ਨਾਲ ਵਿਚਾਰਾਂ ਕੀਤੀਆਂ, ਹੋਰ ਬਹੁਤ ਲੋਕਾਂ ਨਾਲ ਉਹਨਾਂ ਨੇ ਵਿਚਾਰਾਂ ਕੀਤੀਆਂ, ਵਿਚਾਰਾਂ ਦੇ ਨਾਲ ਗੱਲ ਹੋਣੀ ਚਾਹੀਦੀ ਆ, ਨਾ ਕਿ ਇੱਕ ਦੂਜੇ ਨੂੰ ਤਲਵਾਰਾਂ ਜਾਂ ਹਥਿਆਰਾਂ ਦੇ ਨਾਲ ਡਰਾ ਕੇ ਅਤੇ ਆਪਣੀਆਂ ਗੱਲਾਂ ਮਨਵਾ ਲਈਏ। ਸੋ ਅਸੀਂ ਸੰਗਤ ਵੱਲੋਂ ਸਾਰੇ ਹੀ ਇਹ ਕਹਾਂਗੇ ਕਿ ਅਸੀਂ ਇਸ ਸੱਚ ਦੇ ਨਾਲ ਔਖੀ ਘੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਦੇ ਨਾਲ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਨਾਲ ਡਟ ਕੇ ਖੜ੍ਹੇ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਵਿਵਾਦ ਨੂੰ ਲੈ ਕੇ ਪੰਥ ਦੇ ਵਿੱਚ ਬਹੁਤ ਖਲਬਲ ਮੱਚੀ ਪਈ ਹੈ। ਇਸੇ ਮਸਲੇ ਨੂੰ ਲੈ ਕੇ ਤ੍ਰਿਣਤ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਮੀਟਿੰਗ ਹੋਈ ਜਿੱਥੇ PCA ਅਤੇ ਘੱਗਰ ਦੀ ਕਮੇਟੀ ਨੇ ਸਮੂਹ ਸੰਗਤਾਂ ਨੂੰ ਸਮੂਹ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਮਸਲੇ ਜਿਨ੍ਹਾਂ ਨੂੰ ਘਰ ਬੈਠ ਕੇ ਨਿਬੇੜਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੁੰਦੀ ਆ, ਕਿਉਂਕਿ ਕਿਸੇ ਵੀ ਮਸਲੇ ਨੂੰ ਚਾਹੇ ਉਹ ਧਾਰਮਿਕ ਹੋਵੇ ਜਾਂ ਸਮਾਜਿਕ ਜਦ ਲੜਾਈ ਦਾ ਰੂਪ ਧਾਰਨ ਕਰ ਜਾਂਦਾ ਤਾਂ ਉਸ ਦਾ ਨਤੀਜਾ ਬਹੁਤ ਗਲਤ ਨਿਕਲਦਾ। ਸੋ ਲੋੜ ਆ ਸਮੇਂ ਦੀ ਕਿ ਕਿਸੇ ਵੀ ਗੱਲ ਨੂੰ ਬੈਠ ਕੇ ਨਜਿੱਠਿਆ ਜਾਵੇ ਅਤੇ ਗੁਰਮਤਿ ਮਰਯਾਦਾ ਵਿੱਚ ਰਹਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਯਾਦਾ ਕਾਇਮ ਰੱਖੀ ਜਾਵੇ। ਫਰਿਜ਼ਨਲ ਤੋਂ ਮੈਂ ਕੁਲਵੰਤ ਉੱਭੀ ਤਾਲੀਆਂ ਆਪਣੇ ਸਾਥੀ ਨੀਟਾ ਮਾਛੀ ਕਤੇ ਕੈਮਰਾ ਇੱਕ ਰਾਜ ਉੱਭੀ ਦੇ ਨਾਲ।